ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲੇਸ਼ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਟਲੀ ਦੇ ਵੱਲ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਟੋਟਲ ਹੁਣ ਤੱਕ ਜਿਹੜੇ ਕੇਸ ਹੋ ਚੁੱਕੇ ਨੇ 219070 ਅੱਜ 802 ਨਵੇਂ ਕੇਸ ਆਏ ਨੇ ਟੋਟਲ ਇਟਲੀ ਦੇ ਵਿੱਚ ਮੌਤਾਂ 30560 ਅੱਜ 165 ਨਵੀਆਂ ਮੌਤਾਂ ਰਜਿਸਟਰ ਹੋਈਆਂ ਨੇ 105186 105186 ਟੋਟਲ ਮਰੀਜ਼ ਇਟਲੀ ਦੇ ਵਿੱਚ ਠੀਕ ਹੋ ਗਏ ਨੇ ਅੱਜ 2155 2155 ਮਰੀਜ਼ ਇਟਲੀ ਦੇ ਵਿੱਚ ਠੀਕ ਹੋਇਆ ਜੀ ਇਹਦੇ ਨਾਲ ਜਿਹੜੇ ਇਟਲੀ ਦੇ ਵਿੱਚ ਐਕਟਿਵ ਕੇਸ ਨੇ 83324 68679 ਇਹਨਾਂ ਦੇ ਵਿੱਚੋਂ ਘਰਾਂ ਵਿੱਚ ਨਜ਼ਰਬੰਦ ਨੇ ਘਰਾਂ ਦੇ ਵਿੱਚ ਦੇਖਰੇਖ ਦੇ ਵਿੱਚ ਨੇ 1027 ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪੀਟਲ ਚ ਐਡਮਿਟ ਨੇ 13618 ਕਿਸੇ ਨਾ ਕਿਸੇ ਸਿੰਪਟਮ ਦੇ ਨਾਲ ਹਸਪੀਟਲਾਂ ਦੇ ਵਿੱਚ ਐਡਮਿਟ ਨੇ ਹੁਣ ਦੇਖਦੇ ਹਾਂ ਜੀ ਆਪਣੇ ਇੰਡੀਆ ਦੀ ਸਿਚੁਏਸ਼ਨ ਸਾਨੂੰ ਕੀ ਕਹਿੰਦੀ ਹੈ ਇੰਡੀਆ ਦੇ ਵਿੱਚ ਟੋਟਲ ਇਸ ਟਾਈਮ ਕੰਫਰਮ ਕੇਸ 65022 ਜਿਸ ਟਾਈਮ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਜੀ 2157 ਕੰਫਰਮ ਕੇਸ ਐਕਸਟਰਾ ਅੱਜ ਨਵੇਂ ਦਿਸੇ ਨੇ 45514 ਇੰਡੀਆ ਦੇ ਵਿੱਚ ਐਕਟਿਵ ਕੇਸ 20352 ਟੋਟਲ ਮਰੀਜ਼ ਠੀਕ 1050 ਅੱਜ ਠੀਕ ਹੋਏ ਨੇ ਇਹਨਾਂ ਦੇ ਵਿੱਚੋਂ 2153 ਟੋਟਲ ਮੌਤਾਂ ਇੰਡੀਆ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਹੋਈਆਂ ਨੇ ਤੇ ਅੱਜ 52 ਮੌਤਾਂ ਸਾਹਮਣੇ ਆਈਆਂ ਨੇ ਪੰਜਾਬ ਵਿੱਚ ਦੇਖਦੇ ਹਾਂ ਜੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਟੋਟਲ ਜਿਹੜੇ ਕੰਫਰਮ ਕੇਸ ਹੈ ਜੀ 61 ਨਵੇਂ ਕੇਸ ਸਾਹਮਣੇ ਆਏ ਨੇ 1823 1823 ਟੋਟਲ ਨੇ 1626 ਐਕਟਿਵ 166 ਠੀਕ 31 ਮੌਤਾਂ ਪੰਜਾਬ ਦੇ ਵਿੱਚ ਅੱਜ ਫਿਲਹਾਲ ਕੋਈ ਵੀ ਮੌਤ ਰਜਿਸਟਰ ਨਹੀਂ ਹੋਈ ਨੌ ਮਰੀਜ਼ ਠੀਕ ਹੋਏ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਟੋਟਲ 3753 ਕੇਸ 45 ਅੱਜ ਵਧੇ ਨੇ 1470 ਐਕਟਿਵ 2176 ਠੀਕ 14 ਅੱਜ ਠੀਕ ਹੋਏ ਨੇ ਇੱਕ ਮੌਤ 107 ਟੋਟਲ ਮੌਤਾਂ ਜੀ ਉਸ ਤੋਂ ਬਾਅਦ ਹਰਿਆਣਾ ਦੇਖੀ ਜੀ ਹਰਿਆਣੇ ਦੇ ਵਿੱਚ ਟੋਟਲ ਕੇਸ 703 ਅੱਜ 28 ਨਵੇਂ ਕੇਸ ਆਏ ਨੇ 394 ਐਕਟਿਵ ਕੇਸ ਨੇ 300 ਮਰੀਜ਼ ਠੀਕ ਹੋ ਚੁੱਕਾ ਅੱਜ 10 ਮਰੀਜ਼ ਅੱਜ ਠੀਕ ਹੋਏ ਨੇ ਜੀ ਪਾਕਿਸਤਾਨ ਦਾ ਹੁਣ ਦੇਖਦੇ ਆ ਜੀ ਪਾਕਿਸਤਾਨ ਦੇ ਵਿੱਚ ਟੋਟਲ ਕੇਸ ਜਿਹੜੇ ਸਾਹਮਣੇ ਆ ਰਹੇ ਨੇ ਜੀ 9:30 ਵਜੇ ਪਾਕਿਸਤਾਨ ਦਾ ਅਪਡੇਟ ਮਿਲਿਆ ਜੀ 30334 8063 ਰਿਕਵਰ ਹੋ ਗਏ ਨੇ 659 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ ਪਾਕਿਸਤਾਨ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਅੱਜ ਦੀਆਂ ਮੁੱਖ ਖਬਰਾਂ ਉੱਤੇ ਇੱਕ ਨਜ਼ਰ ਮਾਰ ਲੈਂਦੇ ਆ ਜੀ ਲਿਗੂਰੀਆ ਦੇ ਵਿੱਚ 18 ਮਈ ਤੋਂ ਬਾਅਦ ਖੁੱਲ ਸਕਦੀਆਂ ਨੇ ਪਰਮਿਸ਼ਨਾਂ ਮਿਲ ਸਕਦੇ ਨੇ ਆਪਣੇ ਦੂਜੇ ਘਰਾਂ ਦੇ ਵਿੱਚ ਜਾਣ ਦੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਫਾਊਚੀ ਜੋ ਕਿ ਐਂਥਨੀ ਫਾਊਚੀ ਇੱਕ ਵੀਰੋਲੋਗੋ ਜਿਹਨੂੰ ਅਸੀਂ ਸ਼ੂਤ ਦੇ ਮਬਾਰੀ ਦਾ ਐਕਸਪਰਟ ਕਹਿੰਦੇ ਆ ਉਹ ਆਊਟ ਹੋ ਇਜ਼ੋਲੇਟ ਹੋਣਾ ਆਪਣੇ ਆਪ ਨੂੰ ਕਰ ਲਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਬੰਦੇ ਦੇ ਸੰਪਰਕ ਦੇ ਵਿੱਚ ਆਏ ਨੇ ਜੋ ਕਿ ਪੋਜ਼ੀਟਿਵ ਨਿਕਲਿਆ ਜੀ ਅਮਰੀਕਾ ਤੋਂ ਬੋਆਨ ਦੇ ਵਿੱਚ ਇੱਕ ਪਹਿਲਾ ਕੇਸ ਆਇਆ ਜੀ ਇੱਕ ਮਹੀਨੇ ਬਾਅਦ ਜੋ ਕਿ ਬਹੁਤ ਹੀ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਪਾਇਆ ਜਾ ਰਿਹਾ ਜੀ ਹੁਣ ਇੱਕ ਜਿਹੜਾ ਕੇਸ ਆ ਬਹੁਤ ਹੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਆਇਆ ਸੀ ਵੈਸੇ 14 ਕੇਸ ਨਵੇਂ ਵੀ ਕੰਫਰਮ ਕੀਤੇ ਨੇ ਪਰ ਜਿਹੜੇ ਬੁਹਾਨ ਦੇ ਵਿੱਚ ਕੇਸ ਆ ਉਹ ਥੋੜਾ ਜਿਆਦਾ ਸੀਰੀਅਸ ਆ ਅਸਵੀਰੇ 9 ਵਜੇ ਦੀ 24 ਨਵੇਂ ਕੇਸ ਸਾਊਥ ਕੋਰੀਆ ਦੇ ਵਿੱਚ ਆਏ ਸੀ ਅਮਰੀਕਾ ਦੇ ਵਿੱਚ 9:30 ਵਜੇ ਇਟਲੀ ਦੇ ਹਿਸਾਬ ਨਾਲ ਦੇਖੀ ਤੇ ਜਿਹੜੇ 25000 ਨਵੇਂ ਕੇਸ ਸਾਹਮਣੇ ਆਏ ਸੀ 24 ਘੰਟਿਆਂ ਦੇ ਵਿੱਚ ਜਿਹਦੇ ਨਾਲ ਉਹਨਾਂ ਦੀ ਜਿਹੜੀ ਗਿਣਤੀ 13 ਲੱਖ ਦੀ 13 ਲੱਖ ਤੋਂ ਟੱਪ ਚੁੱਕੀ ਹੈ ਜੀ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ 78794 ਹੋ ਚੁੱਕੀ ਹੈ ਜੀ ਅਮਰੀਕਾ ਦੇ ਵਿੱਚ ਬੋਲੋਨੀਆ ਦੇ ਵਿੱਚ ਇੱਕ ਮਾਡਲ ਸੀ ਜਿਹਦਾ ਨਾਮ ਬਿਆੰਕਾ ਦੋਵੇਰੂ ਸੀ 22 ਸਾਲ ਦੀ ਮਾਡਲ ਉਸ ਉਹ ਲੜਕੀ ਵੀ ਹੁਣ 75 ਦਿਨਾਂ ਬਾਅਦ ਠੀਕ ਹੋ ਚੁੱਕੀ ਹੈ ਜੀ ਪਹਿਲਾਂ ਉਹ ਲਗਾਤਾਰ ਪੋਜ਼ਿਟਿਵ ਆ ਰਹੀ ਸੀ ਤੇ ਹੁਣ ਉਹਨੂੰ ਵੀ ਇੱਕ ਨੈਗੇਟਿਵ ਕਰਾਰ ਦੇ ਦਿੱਤਾ ਗਿਆ ਜੀ ਉਹਦੇ ਰਿਪੋਰਟਾਂ ਵਲੋਂ ਜਰਮਨ ਦੇ ਵਿੱਚ ਇਸ ਮਹਾਮਾਰੀ ਜਿਹੜਾ ਪਰਕੋਪ ਹੁਣ ਦਿਨੋ ਦਿਨ ਵੱਧ ਰਿਹਾ ਹੈ ਜੀ ਜਰਮਨ ਦੇ ਵਿੱਚ ਇਸ ਟਾਈਮ ਜਿਹੜੀ ਰਿਪੋਰਟ ਨਿਕਲ ਰਹੀ ਆ 1.0 ਤੋਂ ਉੱਤੇ ਹੋ ਚੁੱਕਾ ਜੀ 1.10 ਇਹਦਾ ਨੰਬਰ ਆ ਚੁੱਕੇ ਨੇ ਕਹਿੰਦਾ ਮਤਲਬ ਆ ਜੀ ਕਿ ਹਜ਼ਾਰ ਬੰਦੇ ਵਿੱਚੋਂ 11 ਬੰਦੇ ਪੋਜ਼ੀਟਿਵ ਆ ਰਹੇ ਨੇ ਇਹਨੂੰ ਅਸੀਂ ਇਸ ਹਿਸਾਬ ਦੇ ਨਾਲ ਦੇਖ ਸਕਦੇ ਹਾਂ ਜੀ ਇੰਗਲੈਂਡ ਦੇ ਵਿੱਚ ਇਸ ਮਹਾਮਾਰੀ ਨੂੰ ਲੈ ਕੇ ਜੀ ਇੱਕ ਨੰਬਰ ਬਣਾਏ ਨੰਬਰ ਪਲੇਟ ਬਣਾਏ ਜਾ ਰਹੇ ਨੇ ਇੱਕ ਲੈਵਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਲੈਵਲ ਬਣ ਜਾ ਰਹੇ ਨੇ 1 ਤੋਂ ਲੈ ਕੇ ਗ੍ਰੀਨ ਜ਼ੋਨ ਹਾਂਜੀ ਗ੍ਰੀਨ ਜ਼ੋਨ ਤੋਂ ਲੈ ਕੇ ਰੈੱਡ ਤੱਕ ਲੈਵਲ 1 ਤੋਂ ਲੈ ਕੇ ਲੈਵਲ 5 5 ਤੱਕ ਲੈਵਲ 1 ਹਰਾ ਤੇ ਲੈਵਲ 5 ਲਾਲ ਇਸ ਤੋਂ ਪਤਾ ਲੱਗਣਾ ਕਿ ਕਿੰਨਾ ਜ਼ਿਆਦਾ ਸੇਫ ਆ ਜਾਂ ਕਿੰਨਾ ਜ਼ਿਆਦਾ ਖਤਰਨਾਕ ਆ ਹੋ ਸਕਦਾ ਇਹ ਕੁਝ-ਕੁਝ ਏਰੀਆ ਨੂੰ ਦਿੱਤੇ ਆ ਜਾਵੇ ਕਿ ਗ੍ਰੀਨ ਜ਼ੋਨ ਆ ਰੈੱਡ ਜ਼ੋਨ ਆ ਇਹਨਾਂ ਦੇ ਵਿੱਚ ਜਾ ਸਕਦੇ ਜਾਂ ਨਹੀਂ ਜਾ ਸਕਦੇ ਅੱਜ ਬੌਰੀਸ ਜੌਨਸਨ 7 ਵਜੇ ਇਟਲੀ ਦੇ 8 ਵਜੇ ਪ੍ਰੈਸ ਕਾਨਫਰੈਂਸ ਦੇ ਵਿੱਚ ਇਸ ਗੱਲ ਬਾਰੇ ਵੀ ਸ਼ਾਇਦ ਚਰਚਾ ਕਰਨਗੇ ਜੀ ਜਰਮਨ ਦੇ ਵਿੱਚ ਅੱਜ ਉਹਨਾਂ ਨੇ ਬਾਰਡਰ ਖੋਲ੍ਹ ਦਿੱਤੇ ਆ ਜੀ ਸਿਰਫ ਅਤੇ ਸਿਰਫ ਇੱਕ ਦਿਨ ਲਈ ਫੈਸਲਾ ਦੇਲਾ ਮਾਮਾ ਮਦਰਸਡੇ ਕਰਨ ਜਰਮਨ ਦੇ ਵਿੱਚ ਜਿਹੜੇ ਬਾਰਡਰ ਖੋਲ੍ਹ ਦਿੱਤੇ ਗਏ ਨੇ ਸਿਰਫ ਇੱਕ ਦਿਨ ਦੇ ਲਈ ਉਸ ਤੋਂ ਬਾਅਦ ਹਮੇਸ਼ਾ ਇੰਗਲੈਂਡ ਤੋਂ ਚੱਲਦੇ ਆ ਜੀ ਇੰਗਲੈਂਡ ਦੇ ਵਿੱਚ ਜਿਹੜੇ ਐਲਿਜ਼ਾਬੈਥ ਕੁਈਨ ਨੇ ਉਹਨਾਂ ਨੇ ਆਪਣੇ ਆਪ ਨੂੰ ਹਾਊਸ ਇਜ਼ੋਲੇਟ ਕਰ ਲਿਆ ਜੀ ਆਉ ਤੋਂ ਇਜ਼ੋਲਾਮੈਂਟ ਉਹਨਾਂ ਨੇ ਆਪਣੇ ਆਪ ਨੂੰ ਕਰ ਲਿਆ ਜੀ ਬਿੰਸੋਰ ਦੇ ਵਿੱਚ ਸ਼ਾਇਦ ਦੁਨੀਆ ਦੇ ਸਭ ਤੋਂ ਸੇਫ ਕਰਦੇ ਵਿੱਚ ਵੀ ਰਹਿਣਾ ਲੱਗ ਰਿਹਾ ਜੀ ਖਤਰਨਾਕ ਲੋਕਾਂ ਨੂੰ ਲੋਕਾਂ ਨੂੰ ਨਹੀਂ ਜੀ ਇਹ ਬਿਆਨ ਆਇਆ ਜੀ ਸੀਐਨਐਨ ਉੱਤੇ ਬਿਆਨ ਦਿੱਤਾ ਗਿਆ ਜੀ ਹਾਸਰਤ ਬਲੋਜੀ ਕੇਵਿਨ ਹਾਸਰਤ ਜਿਨ੍ਹਾਂ ਨੂੰ ਵਾਈਟ ਹਾਊਸ ਦੇ ਵਿੱਚ ਦੁਆਰਾ ਦੁਆਰਾ ਆਪਣੇ ਟੈਸਟ ਦਿੱਤੇ ਜਾਂ ਲੈ ਜਾ ਲੈ ਨਹੀਂ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਮੈਨੂੰ ਸ਼ਨੀਵਾਰ ਨੂੰ ਵੀ ਟੈਸਟ ਕੀਤਾ ਗਿਆ ਮੈਨੂੰ ਪਹਿਲਾਂ ਵੀ ਟੈਸਟ ਕੀਤੇ ਗਏ ਹਰ ਵਾਰ ਟੈਸਟ ਦੇ ਵਿੱਚੋਂ ਮੈਂ ਨੈਗੇਟਿਵ ਹੀ ਆਇਆ ਤੇ ਮੇਰੀ ਕਦੇ ਵੀ ਕੈ蒂 ਮਿਲਰ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਫਿਰ ਵੀ ਇਹਨਾਂ ਨੂੰ ਬਾਰ ਬਾਰ ਚੈੱਕ ਕੀਤਾ ਜਾ ਰਿਹਾ ਤੇ ਉਹ ਕਹਿ ਰਹੇ ਨੇ ਕਿ ਇੱਥੇ ਰਹਿਣਾ ਹੁਣ ਥੋੜਾ ਖਤਰੇ ਤੋਂ ਖਾਲੀ ਨਹੀਂ ਹੈਗਾ ਹੁਣ ਫਿਲਹਾਲ ਕਿਉਂ ਉਹਨਾਂ ਨੇ ਇਦਾਂ ਕਿਹਾ ਇਹਨਾਂ ਇਸ ਬਾਰੇ ਸਿਰਫ ਉਹ ਹੀ ਜਾਣਦੇ ਨੇ ਜੀ ਇਹਨਾਂ پابੰਦੀਆਂ ਨੂੰ ਚਾਲਦੇ ਦੇਖ ਕੇ ਜੀ ਜਰਮਨ ਦੇ ਵਿੱਚ ਕਈ ਪਾਸਿਆਂ ਤੇ ਉਤਰ ਆਏ ਨੇ ਲੋਕ ਸੜਕਾਂ ਤੇ ਸਪੈਸ਼ਲੀ ਬਰਲਿਨ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜੀ ਜਿੱਥੇ ਦੱਸਿਆ ਜਾ ਰਿਹਾ ਕਿ 86 ਬੰਦਿਆਂ ਨੂੰ ਕਰ ਲਿਆ ਗਿਆ ਅਰੈਸਟ ਕਿਉਂਕਿ ਉਹਨਾਂ ਨੇ ਬੋਤਲਾਂ ਸੱਟੀਆਂ ਪੁਲਿਸ ਵਾਲਿਆਂ ਉੱਤੇ ਪਬੰਧੀਆਂ ਕਰਕੇ ਸਪੈਸ਼ਲੀ ਦੱਸਿਆ ਜਾ ਰਿਹਾ ਜੀ ਇਹ ਇੱਕ ਮਾਨੀਫੈਸਟੋ ਤੇ ਉਹਨੇ ਹੋ ਰਿਆ ਸੀ ਇਹ ਇੱਕ ਅ ਇੱਕ ਧਾਰਨਾ ਲਾ ਰਏ ਸੀ ਇੱਕ ਆਪਣਾ ਪ੍ਰੋਟੈਸਟ ਕਰ ਰਹੇ ਸੀਗੇ ਅਲੈਕਸ ਅਲੈਕਸੈਂਡਰ ਪਲਾਸ ਜਿੱਥੇ ਇਹ ਕਰ ਰਹੇ ਸੀ 86 ਬੰਦੇ ਸੀ ਉਹਨਾਂ ਨੇ ਦੱਸਿਆ ਟੋਟਲ ਜਿਹੜੇ ਇਹ ਬੰਦੇ ਸੀ ਇਹਨਾਂ ਦੇ ਵਿੱਚੋਂ ਅ ਬੰਦਿਆਂ ਨੂੰ ਅਰੇਸਟ ਵੀ ਕਰ ਲਿਆ ਗਿਆ ਤੇ ਇੱਕ ਪੁਲਿਸ ਵਾਲਾ ਜਿਹੜਾ ਬੰਦਾ ਉਹ ਫੱਟੜ ਵੀ ਹੋਇਆ ਜੀ ਇਸ ਭੱਜ ਦੌੜ ਦੇ ਵਿੱਚ ਇਸ ਤੋਂ ਬਾਅਦ ਇੱਕ ਹੋਰ ਹੈ ਜੀ ਰੇਸਟਾਗ ਹੋ ਸਕਦਾ ਪਿੰਡਾਂ ਦੇ ਸ਼ਹਿਰਾਂ ਦੇ ਨਾਮ ਸਾਡੇ ਕੋਲ ਚੰਗੀ ਤਰ੍ਹਾਂ ਨਹੀਂ ਲੈਣ ਲੈ ਜਾ ਰਹੇ ਹੁਣ ਪਰ ਰੇਸਟਾਗ ਦੇ ਵਿੱਚ 45 ਬੰਦੇ ਹੋਰ ਅਰੇਸਟ ਕੀਤੇ ਗਏ ਨੇ ਜੋ ਕਿ ਪ੍ਰੋਟੈਸਟ ਕਰ ਰਹੇ ਨੇ ਨਾ ਪਾਬੰਦੀਆਂ ਦੇ ਖਿਲਾਫ ਅਤੇ ਇੱਕ ਹੋਰ ਪੁਲਿਸ ਵਾਲਾ ਉੱਥੇ ਵੀ ਹੋਇਆ ਜੀ ਜ਼ਖਮੀ ਉਹਨੇ ਇੱਕ ਖਬਰ ਤੁਹਾਨੂੰ ਇਟਲੀ ਦੇ ਵਿੱਚ ਖੁੱਲਣ ਵਾਲੇ ਪੇਪਰਾਂ ਵਾਲੇ ਵੀ ਦੇ ਦੰਨੇ ਆ ਅੱਜ ਕੱਲ ਬਹੁਤ ਇੱਕ ਬਹੁਤ ਸਾਰਾ ਘੁੰਮ ਰਿਹਾ ਜੀ ਹੁਣ ਤੁਹਾਨੂੰ ਦੱਸ ਦਿਆਂ ਕਾਫੀ ਸਾਨੂੰ ਬੰਦਿਆਂ ਨੇ ਵੀਰਾਂ ਨੇ ਆਪਾਂ ਨੂੰ ਇੱਕ ਲਿੰਕ ਭੇਜੇ ਸੀ ਜਾਂ ਫਿਰ ਕੋਈ ਪੀਡੀਐਫ ਭੇਜੀ ਐ ਨੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸ ਹਿਸਾਬ ਦੇ ਨਾਲ ਬੰਦੇ ਹੋ ਸਕਦੇ ਨੇ ਪੱਕੇ ਉਹ ਜਿਹੜਾ ਇੱਕ ਫਾਈਲ ਆ ਜਾਂ ਫਿਰ ਕੋਈ ਪੋਸਟ ਆ ਜਾਂ ਕੋਈ ਵੀ ਵੈਬਸਾਈਟ ਆ ਜਿਹੜੀ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਜਾਂ ਫਿਰ ਕਿਸੇ ਵੀ ਆਪਣੇ ਵੀਰ ਨੇ ਵੀਡੀਓ ਬਣਾਈ ਆ ਉਹ ਸਿਰਫ ਅਤੇ ਸਿਰਫ ਇੱਕ ਬੋਤਸਾ ਆ ਇੱਕ ਬੋਤਸਾ ਇੱਕ ਰਾਫ ਕਾਪੀ ਜਿਹਨੂੰ ਅਸੀਂ ਕਹਦੇ ਆ ਜੋ ਕਿ ਸਰਕਾਰ ਮੂਨੇ ਪੇਸ਼ ਕੀਤੀ ਜਾਂਦੀ ਆ ਜੇਕਰ ਉਹ ਪਾਸ ਹੋ ਜਾਂਦੀ ਆ ਸਾਰਿਆਂ ਦੇ ਸਾਈਨ ਹੋ ਜਾਂਦੇ ਫੇਰ ਹੀ ਉਹ ਵੈਲਿਡ ਆ ਨਹੀਂ ਤਾਂ ਉਹ ਇੱਕ ਨਾਰਮਲ ਕਾਪੀ ਤੇ ਲਿਖਿਆ ਹੋਈਆਂ ਗੱਲਾਂ ਬਾਤਾਂ ਨੇ ਜੋ ਕਿ ਅਸੀਂ ਤੁਸੀਂ ਕੋਈ ਵੀ ਲਿਖ ਸਕਦਾ ਹੈ ਜੀ ਜਿੰਨਾ ਚਿਰ ਪਾਸ ਨਹੀਂ ਉਹ ਸਿਰਫ ਇੱਕ ਪ੍ਰੋਗਰਾਮ ਹਾਂਜੀ ਇਹ ਤੁਹਾਨੂੰ ਦੱਸਦੇ ਇੱਕ ਪ੍ਰੋਗਰਾਮ ਜੋ ਕਿ ਉਹਨਾਂ ਦੇ ਦੁਆਰਾ ਕੇਸ ਦੇ ਹਿਸਾਬ ਦੇ ਨਾਲ ਕਿੱਦਾਂ ਕਿੱਦਾਂ ਹੋ ਸਕਦਾ ਅਸ ਟਾਈਮ ਅਗਰ ਕੋਈ ਗੱਲ ਆਫੀਸ਼ਲ ਆ ਰਹੀ ਹੈ ਜੀ ਉਹ ਇਹ ਹੈ ਕਿ ਸਾਇੰਸ ਦਾ ਨੀਟਲੀ ਦੇ ਵਿਗਿਆਨਕ ਵੀ ਕਹਿ ਰਹੇ ਨੇ ਕਿ ਜਿਹੜੇ ਕੱਚੇ ਬੰਦੇ ਹੈ ਇਹਨਾਂ ਨੂੰ ਪੱਕਾ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਟਾਈਟਲ ਵੀ ਇਦਾਂ ਦੇ ਆ ਰਹੇ ਨੇ ਕਿ ਸੰਸ਼ਿਆਤੀ ਸੋਨੋ ਕੰਟਰੋਲਾ ਸਨਾਟੋਰੀਆ ਤੇ ਪੱਕੇ ਪੇਪਰ ਖੁੱਲਣ ਦੇ ਖਿਲਾਫ ਨੇ ਇਟਲੀ ਦੇ ਵਿਗਿਆਨਕ ਪਰ ਇੱਕ ਗੱਲ ਸ਼ੋਰ ਆ ਜੀ ਪੱਕੇ ਪੇਪਰ ਭਾਵੇਂ ਖੁੱਲਣ ਜਾਂ ਨਾ ਖੁੱਲਣ ਪਰ ਸ਼ਾਇਦ 2-2 3-3 ਮਹੀਨਿਆਂ ਲਈ ਕੱਚੇ ਬੰਦਿਆਂ ਨੂੰ ਪੱਕਾ ਜ਼ਰੂਰ ਕੀਤਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਸ਼ਾਇਦ ਕੱਲ ਨੂੰ ਜਾਂ ਪਰਸੋਂ ਨੂੰ ਕਿਉਂਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ 18 ਤਰੀਕ ਤੋਂ ਬਾਅਦ ਕਿਹੜੀਆਂ ਚੀਜ਼ਾਂ ਲੈ ਕੇ ਆਣੀਆਂ ਉਹਦੇ ਬਾਰੇ ਗੱਲਬਾਤ ਸ਼ੁਰੂ ਹੋ ਜਾਣੀ ਹੈ ਇਸ ਕਰਕੇ 18 ਮਈ ਤੋਂ ਪਹਿਲਾਂ ਪਹਿਲਾਂ ਹਰ ਇੱਕ ਗੱਲ ਕਲੀਅਰ ਹੋ ਜਾਣੀ ਹੈ ਕਿ ਬੰਦੇ ਜਿਹੜੇ ਕੱਚੇ ਆ ਪੱਕੇ ਹੋਣੇ ਨਹੀਂ ਹੋਣੇ ਤਿੰਨ ਮਹੀਨੇ ਲਈ ਹੋਣੇ ਜੇ ਤਿੰਨ ਮਹੀਨੇ ਲਈ ਹੋਏ ਤਾਂ ਕੀ ਉਹ ਦੁਬਾਰਾ ਪੱਕੇ ਹੋ ਸਕਦੇ ਨੇ ਵਗਿਆਨਿਕਾਂ ਦਾ ਨਾ ਕਰਨ ਦਾ ਕਾਰਨ ਇਹ ਹੈ ਜੀ ਕਿ ਜਿਹੜੇ ਬੰਦੇ ਕੱਚੇ ਨੇ ਉਹ ਫਿਲਹਾਲ ਆਪਣੀਆਂ ਸੇਫਟੀ ਦੇ ਜਿਹੜੇ ਪ੍ਰਕੋਸ਼ਨ ਆ ਸ਼ਾਇਦ ਨਹੀਂ ਵਰਤ ਰਹੇ ਹੋ ਸ਼ਾਇਦ ਉਹ ਗਲਤ ਹੋਣ ਤੇ ਸਾਨੂੰ ਵੀ ਪਤਾ ਕਿਉਂ ਗਲਤ ਨੇ ਚਾਹੇ ਬੰਦਾ ਕੱਚਾ ਆ ਜਾਂ ਸੇਤ ਸਭ ਨੂੰ ਪਿਆਰੀ ਹੁੰਦੀ ਹੈ ਤੇ ਤੇ ਚਲੋ ਚੰਗਾ ਜੀ ਸਸਤੀ ਗੱਲ ਸਾਰਿਆਂ ਨੂੰ ਇਹ ਸੀ ਸਾਡੀ ਅੱਜ ਦੀ ਕੁਝ ਖਬਰਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀਆਂ ਖਬਰਾਂ ਵਧੀਆ ਲੱਗੀਆਂ ਹੋਣਗੀਆਂ ਮਿਲਦੇ ਹਾਂ ਜੀ ਆਪਣੇ ਕੱਲ ਦੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਅਬ ਤੁਸੀਂ ਸੁਣ ਰਹੇ ਸੀ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ